ਸੰਗਰੂਰ ਦੇ ਵਿੱਚ ਹੋਈ ਗਊ ਹੱਤਿਆ, ਪੁਲਿਸ ਨੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ। ਸੰਗਰੂਰ ਦੇ ਹਰੀਪੁਰਾ ਰੋਡ 'ਤੇ ਗਊ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਦੋਸ਼ੀਆਂ ਵੱਲੋਂ ਪਹਿਲਾਂ ਉਸਨੂੰ ਚੋਰੀ ਕੀਤਾ ਗਿਆ, ਇਸ ਤੋਂ ਬਾਅਦ ਉਸਨੂੰ ਮਾਰ ਕੇ ਉਸਦਾ ਗੋਸ਼ਤ ਬਣਾਇਆ ਗਿਆ। ਇਸ ਦੇ ਬਾਰੇ ਜਦੋਂ ਜਾਣਕਾਰੀ ਪਤਾ ਲੱਗੀ ਤਾਂ ਗਊ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਗਊ ਗਵਾਚ ਗਈ ਸੀ ਅਤੇ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਗਊ ਗੁੰਮ ਹੋ ਗਈ ਹੈ ਅਤੇ ਵਾਪਸ ਆ ਜਾਵੇਗੀ, ਪਰ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਗਊ ਨੂੰ ਮਾਰ ਦਿੱਤਾ ਗਿਆ ਹੈ। ਇਸ ਵਾਰ ਉਹਨਾਂ ਨੇ ਇਸ ਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਮਾਮਲਾ ਦਰਜ ਕਰਵਾਇਆ। ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਗਊ ਹੱਤਿਆ ਬੰਦ ਕਰੋ, ਬੰਦ ਕਰੋ, ਬੰਦ ਕਰੋ, ਬੰਦ ਕਰੋ, ਬੰਦ ਕਰੋ, ਗਊ ਹੱਤਿਆਰਾਂ ਨੂੰ ਫਾਂਸੀ ਦਿਓ, ਫਾਂਸੀ ਦਿਓ, ਫਾਂਸੀ ਦਿਓ। ਗੰਦੀ ਕਾਰਵਾਈ ਕਰ ਰਹੇ ਨੇ, ਇਸ ਤਰ੍ਹਾਂ ਦੀ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ, ਸਾਡੇ ਜਜ਼ਬਾਤਾਂ ਨਾਲ ਖੇਡ ਰਹੇ ਨੇ। ਮੈਂ ਤਾਂ ਸਾਰੇ ਸਮਾਜ ਨੂੰ ਕਹੂੰਗਾ ਵੀ ਇਕੱਠੇ ਹੋ ਜਾਓ, ਸੋਚਣ ਦਾ ਵਕਤ ਹੈ, ਵਿਚਾਰਨ ਦਾ ਵਕਤ ਹੈ ਕਿ ਅਸੀਂ ਇਸੇ ਤਰ੍ਹਾਂ ਆਪਣੇ ਆਪਣੇ ਕੰਮਾਂ 'ਤੇ ਲੱਗੇ ਰਹਾਂਗੇ ਅਤੇ ਕੋਈ ਵੀ ਆ ਕੇ ਸਾਡੇ ਵਿਚਾਰਾਂ 'ਤੇ, ਸਾਡੇ ਦਿਲਾਂ ਦੇ ਉੱਤੇ ਕੋਈ ਵੀ ਸਾਡੇ 'ਤੇ ਹਮਲਾ ਕਰਕੇ ਚਲਾ ਜੂਗਾ, ਸਾਨੂੰ ਸੋਚਣਾ ਪਊਗਾ, ਵਿਚਾਰਨਾ ਪਊਗਾ। ਇਹ ਜੋ ਲੋਕ ਨੇ, ਐਂਟੀ ਸੋਸ਼ਲ ਐਲੀਮੈਂਟ ਨੇ, ਸਮਾਜ ਦੇ ਦੁਸ਼ਮਣ ਨੇ, ਇਹ ਇੱਥੇ ਆ ਕੇ ਵੱਸ ਜਾਂਦੇ ਨੇ ਅਤੇ ਸਾਨੂੰ ਹੀ ਖਾਂਦੇ ਨੇ, ਤਾਂ ਸਾਨੂੰ ਸੋਚਣਾ ਪਊਗਾ। ਪਹਿਲੀ ਗੱਲ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਜਿੰਨਾ ਵੀ ਨੈਟਵਰਕ ਹੈ ਇਹਨਾਂ ਦਾ, ਇਹ ਨੈਟਵਰਕ ਤੋੜਿਆ ਜਾਵੇ, ਸਾਰੇ ਇਹਨਾਂ ਦੇ ਸਾਥੀ, ਇਹਨਾਂ ਦੇ ਬੰਦੇ ਗ੍ਰਿਫਤਾਰ ਕੀਤੇ ਜਾਣ, ਇਹਨਾਂ ਨੂੰ ਸਖ਼ਤ। ਤਪਦੀ ਧੁੱਪ ਦੇ ਵਿੱਚ, ਕੜਾਕੇ ਦੀ ਗਰਮੀ ਦੇ ਵਿੱਚ ਭੁੰਜੇ ਆਪਾਂ ਬੈਠੇ ਹਾਂ, ਉਹਦਾ ਵਿਰੋਧ ਕਰਨ, ਦਰਜ ਕਰਨ ਵਾਸਤੇ ਆਪਾਂ ਬੈਠੇ ਹਾਂ। ਮੈਂ ਸਾਰੇ ਆਪਾਂ ਵਧਾਈ ਦੇ ਪਾਤਰ ਹਾਂ। ਇਹ ਗਊ ਵੱਢੀ ਗਈ ਹੈ, ਕਿਹਦੀ ਗਊ ਸੀ, ਕਿੱਥੇ ਵੱਢੀ ਹੈ? ਅੱਜ ਕੋਈ 5:30 ਵਜੇ ਸਾਡੇ ਫੋਨ ਆਇਆ ਸੀਗਾ ਕਿ ਹਰੀਪੁਰੇ ਦੇ ਨਾਲ ਲੱਗਦਾ ਟੋਭਾ ਆ, ਉੱਥੇ ਇੱਕ ਗਊ ਪਈ ਆ। ਸਾਨੂੰ ਪਤਾ ਲੱਗਿਆ ਵੀ ਕਿਸੇ ਨੇ ਮਾਰੀ ਹੋਈ ਆ। ਅਸੀਂ ਮੌਕੇ 'ਤੇ ਜਾ ਕੇ ਦੇਖਿਆ ਗਊ ਪਈ ਸੀ, ਗਊ ਦੀ ਹੱਤਿਆ ਕੀਤੀ ਹੋਈ ਸੀਗੀ। ਅੱਛਾ, ਸਾਨੂੰ ਪਤਾ ਵੀ ਅਸੀਂ ਕੀਤਾ, ਮੁਖੀਆ ਤੌਰ 'ਤੇ ਪਤਾ ਕੀਤਾ ਵੀ ਇਹ ਕਿਹਨੇ ਕਾਰਾ ਕੀਤਾ, ਮਾੜੀ ਘਟਨਾ ਟ੍ਰੈਜਡੀ ਕੀਤੀ, ਕਿਹਨੇ ਕੀਤੀ ਆ। ਉਹ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਹਰੀਪੁਰੇ ਪਿੰਡ ਦੇ ਵਿੱਚੋਂ UP ਦੇ ਰਹਿਣ ਵਾਲੇ ਦੋ ਭਈਆ ਟੈਪ ਜੋ ਇੱਥੇ POP ਦਾ ਕੰਮ ਕਰਦੇ ਨੇ ਪੰਜਾਬ ਦੇ ਵਿੱਚ, ਸੰਗਰੂਰ ਸ਼ਹਿਰ ਦੇ ਵਿੱਚ, ਉਹਨਾਂ ਵੱਲੋਂ ਇਹ ਕਾਰਾ ਕੀਤਾ ਗਿਆ। ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ, ਅਗਲੀ FIR ਲੌਂਚ ਕਰਤੀ ਉਹਨਾਂ ਦੇ ਖਿਲਾਫ਼। ਅਗਲੀ ਤਫਤੀਸ਼ ਅਸੀਂ ਅੰਮ੍ਰਿਤਸਰ ਲਿਆ ਰਹੇ ਹਾਂ, ਜੋ ਵੀ ਤੱਥ ਸਾਹਮਣੇ ਆਉਣਗੇ ਉਹ ਤਫਤੀਸ਼ ਦੇ ਦੌਰਾਨ ਆਉਣਗੇ। ਇਹਨਾਂ ਦਾ ਮਨ ਜੋ ਕੋਰਟ ਦੇ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਮੁੱਢਲੀ ਜਾਂਚ ਤੋਂ ਲੈ ਕੇ ਲਾਸਟ ਤੱਕ। ਕੀ ਇਹ ਇੱਥੇ ਕਿਰਾਏ 'ਤੇ ਰਹਿੰਦੇ ਸੀਗੇ, ਇਹਨਾਂ ਦਾ ਆਪਦਾ ਮਕਾਨ ਹੈ? ਇਹਨਾਂ ਦਾ ਦੱਸਣ ਮੁਤਾਬਕ ਪਹਿਲਾਂ ਅਸੀਂ ਕਿਰਾਏ 'ਤੇ ਰਹਿੰਦੇ ਸੀ, ਫਿਰ ਅਸੀਂ ਥੋੜ੍ਹਾ ਥੋੜ੍ਹਾ ਕਰਕੇ ਹੁਣ ਖਰੀਦ ਕੀਤੀ ਆ, ਖਰੀਦ ਕਰਕੇ ਦੋ ਕਮਰੇ ਬਣਾਏ ਗਏ ਉਹਨਾਂ ਦੇ। ਠੀਕ।